ਸ਼੍ਰੀਕਾਲ ਸਾਰਿਆਂ ਨੂੰ, ਮੇਰਾ ਨਾਮ ਕਰਨਦੀਪ ਸੈਣੀ ਹੈ ਅਤੇ ਮੈਂ ਪੰਜਾਬ ਰੋਪੜ ਤੋਂ ਬਿਲੋਂਗ ਕਰਦਾ। ਮੈਂ ਇਸੇ ਸਾਲ ਆਸਟ੍ਰੇਲੀਆ ਆਇਆ ਮਾਸਟਰ ਦੇ ਵਿੱਚ। ਮੇਰੀ ਬੈਚਲਰਸ ਅਤੇ ਮਾਸਟਰ ਦਾ ਕੋਈ ਮੇਲ ਨਹੀਂ ਸੀ, ਇਸ ਕਰਕੇ ਮੇਰੀ ਮਾਸਟਰ ਸਾਰੀ ਉੱਪਰੋਂ ਜਾ ਰਹੀ ਸੀ, ਇਸ ਕਰਕੇ ਅਤੇ ਫਿਰ ਮੈਨੂੰ ਔਖਾ ਹੋ ਰਿਹਾ ਸੀ ਮਾਸਟਰ ਪੜ੍ਹਨਾ। ਇਸ ਲਈ ਮੈਂ ਭਾਅ ਜੀ ਹੋਰਾਂ ਨੂੰ ਮਿਲਿਆ ਓਮ ਗਲੋਬਲ ਵਿੱਚ, ਆ ਕੇ ਮੈਂ ਗੱਲ ਕੀਤੀ ਇਹਨਾਂ ਨਾਲ ਵੀ ਮੇਰੇ ਤੋਂ ਮਾਸਟਰਸ ਨਹੀਂ ਹੋ ਰਹੀ ਅਤੇ ਮੇਰੀ ਸਟੱਡੀ ਨਹੀਂ ਕੰਪਲੀਟ ਹੋਣੀ ਅਤੇ ਮੇਰਾ ਵੀ ਕੀ ਕੀਤਾ ਜਾਵੇ। ਭਾਅ ਜੀ ਹੋਰਾਂ ਨੇ ਮੈਨੂੰ ਰੈਫਰੈਂਸ ਦਿੱਤੀ ਵੀ ਵੀਜ਼ਾ ਦੁਬਾਰਾ ਅਪਲਾਈ ਕਰਕੇ ਆਪਾਂ ਡਿਪਲੋਮੇ ਵਿੱਚ ਜਾਵਾਂਗੇ ਅਤੇ ਹਾਂ ਮੇਰਾ ਡਿਪਲੋਮਾ ਜੋ ਮੈਂ ਹੁਣ ਕੋਰਸ ਕਰੂੰਗਾ ਇੱਕ ਇਲੈਕਟ੍ਰੋਨਿਕਸ ਦਾ, ਉਹ ਮੇਰੇ ਰਿਲੇਟਿਡ ਹੈ, ਮੇਰੇ ਕੋਰਸ ਦੇ ਰਿਲੇਟਿਡ ਆਪਣਾ ਨੇ ਅਤੇ ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ। ਜਿੱਦਾਂ ਵੀ ਵੀਜ਼ਾ ਮੇਰਾ 2 ਮੰਥ ਦੇ ਅੰਦਰ ਅੰਦਰ ਆ ਗਿਆ ਡਿਪਲੋਮਾ, ਤੁਸੀਂ ਦੇਖ ਸਕਦੇ ਹੋ। ਅਤੇ ਮੈਂ ਬਹੁਤ ਧੰਨਵਾਦ ਕਰਦਾ ਭਾਅ ਜੀ ਹੋਰਾਂ ਦਾ ਵੀ ਮੇਰੀ ਇੰਨੀ ਹੈਲਪ ਕੀਤੀ, ਅਤੇ ਮੈਂ ਹਰ ਇੱਕ ਬੰਦੇ ਨੂੰ ਰਿਕਮੈਂਡ ਕਰਦਾ ਜੋ ਵੀ ਸਟਰਗਲ ਕਰ ਰਹੇ ਨੇ ਆਸਟ੍ਰੇਲੀਆ ਦੇ ਚੁੱਕੇ ਆ ਕੇ, ਜੇ ਉਹਨਾਂ ਨੇ ਵੀਜ਼ਾ ਅਪਲਾਈ ਕਰਨਾ ਜਾਂ ਕਿਸੇ ਵੀ ਤਰ੍ਹਾਂ ਦੀ ਕੰਸਲਟੈਂਸੀ ਕਰਨੀ ਹੈ ਤਾਂ ਉਹ ਭਾਅ ਜੀ ਹੋਰਾਂ ਨੂੰ ਆ ਕੇ ਮਿਲਣ। ਅਤੇ ਬਹੁਤ ਬਹੁਤ ਧੰਨਵਾਦ ਭਾਅ ਜੀ ਹੋਰਾਂ ਦਾ ਮੇਰੇ ਕੋਲ।